हाँ जी सारे नु सत श्री अकाल जी। ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਆ ਜੀ। ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਨੂੰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਮਿਲਦੀਆਂ ਰਹਿਣ। ਤੁਸੀਂ ਸਾਰੇ ਜਾਣਦੇ ਹੋ ਕਿ ਹਰਿਆਣਾ ਟੈਟ, ਪੰਜਾਬ ਟੈਟ ਤੇ ਸੀ ਟੈਟ ਦੇ ਫਾਰਮ ਨਿਕਲੇ ਹੋਏ ਨੇ ਤੇ ਬਹੁਤ ਜਲਦ ਇਹ ਪੇਪਰ ਹੋਣ ਵਾਲੇ ਨੇ। ਇਹਨਾਂ ਤਿੰਨਾਂ ਪੇਪਰਾਂ ਦੇ ਵਿੱਚ 30 ਨੰਬਰ ਦੀ CDP ਆਉਂਦੀ ਹੁੰਦੀ ਆ ਤੇ ਉਹ ਬਹੁਤ ਆਸਾਨ ਹੁੰਦੀ ਆ ਤੇ ਅਸੀਂ ਬਹੁਤ ਵਧੀਆ ਸਕੋਰ ਕਰ ਸਕਦੇ ਹਾਂ, ਪਰ ਸਾਡੇ ਕੋਲ ਮਟੀਰੀਅਲ ਨਹੀਂ ਮਿਲਦਾ। ਅਸੀਂ ਜਿਹੜੇ ਪੰਜਾਬੀ 'ਚ ਤਿਆਰੀ ਕਰਨੀ ਹੁੰਦੀ ਆ ਪਰ ਜਿਹੜਾ ਮਟੀਰੀਅਲ ਆ ਜਾਂ ਤਾਂ ਇੰਗਲਿਸ਼ ਦੇ ਵਿੱਚ ਹੁੰਦਾ ਜਾਂ ਹਿੰਦੀ ਦੇ ਵਿੱਚ ਹੁੰਦਾ, ਜਾਂ ਤੁਹਾਨੂੰ ਜੇ ਕਿਤੇ ਮਿਲਦਾ ਵੀ ਸਾਨੂੰ ਸਮਝ ਨਹੀਂ ਆਉਂਦਾ ਤੇ ਉਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅਸੀਂ ਇਹ ਸ਼ੁਰੂਆਤ ਕੀਤੀ ਆ ਕਿ CDP ਦੇ ਕੁਝ ਕੁ ਲੈਕਚਰ ਨੇ ਜਿਹੜੇ ਬੜੇ ਇੰਪੋਰਟੈਂਟ ਲੈਕਚਰ ਨੇ ਜਿਨ੍ਹਾਂ ਦੇ ਵਿੱਚੋਂ ਸਵਾਲ ਹਰ ਸਾਲ ਜਾਂ ਹਰ ਪੇਪਰ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਜ਼ਰੂਰ ਰਿਕਾਰਡ ਕਰਕੇ ਪਾਇਆ ਜਾਵੇ। ਉਸ ਲੜੀ ਤਹਿਤ ਅਸੀਂ CDP ਦਾ ਬਹੁਤ ਹੀ ਆਸਾਨ ਜਿਹਾ ਇੱਕ ਟੋਪਿਕ ਅੱਜ ਡਿਸਕਸ ਕਰਨ ਲੱਗੇ ਹਾਂ ਜਿਹਦਾ ਨਾਮ ਆ ਵਾਧਾ ਅਤੇ ਵਿਕਾਸ ਦਾ ਸਿਧਾਂਤ। ਠੀਕ ਆ ਜੀ, ਕਨਸੈਪਟ ਆਫ ਡਿਵੈਲਪਮੈਂਟ ਐਂਡ ਗਰੋਥ। ਅੱਜ ਅਸੀਂ ਇਹਨਾਂ ਬਾਰੇ ਪੜ੍ਹਾਂਗੇ, ਗਰੋਥ ਕੀ ਆ ਅਤੇ ਡਿਵੈਲਪਮੈਂਟ ਕੀ ਆ, ਇਹਨਾਂ ਦੇ 'ਚ ਫਰਕ ਕੀ ਨੇ ਅਤੇ ਉਹਨਾਂ ਬਾਰੇ ਆਪਾਂ ਬਹੁਤ ਖੁੱਲ੍ਹ ਕੇ ਗੱਲ ਕਰਾਂਗੇ ਤਾਂ ਕਿ ਤੁਹਾਨੂੰ ਸਮਝ ਤੁਹਾਡੀ ਬਣ ਜਾਵੇ ਅਤੇ ਤੁਹਾਡੇ ਸਵਾਲ ਨੇ ਜਿਹੜੇ ਉਹ ਠੀਕ ਹੋ ਸਕਣ। ਹਾਂਜੀ, ਅੱਜ ਆਪਾਂ ਕੀ ਕੀ ਡਿਸਕਸ ਕਰਾਂਗੇ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰ ਲਈਏ। ਸਭ ਤੋਂ ਪਹਿਲਾਂ ਅਸੀਂ ਮੀਨਿੰਗ ਆਫ ਗਰੋਥ ਐਂਡ ਡਿਵੈਲਪਮੈਂਟ, ਗਰੋਥ ਅਤੇ ਵਾਧੇ ਦੇ ਕੀ ਅਰਥ ਨੇ ਉਹਨਾਂ ਨੂੰ ਪੜ੍ਹਾਂਗੇ ਅਤੇ ਉਹ ਤੋਂ ਬਾਅਦ ਅਸੀਂ ਵਿਕਾਸ ਦੇ ਵਿਭਿੰਨ ਪਹਿਲੂ ਕੀ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਵਾਧੇ ਅਤੇ ਵਿਕਾਸ ਦੇ ਵਿੱਚ ਕੀ ਅੰਤਰ ਆ ਉਹਨੂੰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਵਿਕਾਸ ਦੇ ਕੀ ਪਹਿਲੂ ਨੇ ਉਹ ਵੀ ਆਪਾਂ ਡਿਸਕਸ ਕਰਾਂਗੇ ਅਤੇ ਉਸ ਤੋਂ ਬਾਅਦ ਵਾਧੇ ਅਤੇ ਵਿਕਾਸ ਦੇ ਸਿਧਾਂਤ। ਇਹ ਬਹੁਤ ਇੰਪੋਰਟੈਂਟ ਟੋਪਿਕ ਆ, ਬਹੁਤ ਸਾਰੇ ਸਵਾਲ ਇਹਦੇ ਵਿੱਚ ਆਉਂਦੇ ਨੇ ਵਾਧੇ ਅਤੇ ਵਿਕਾਸ ਦੇ ਸਿਧਾਂਤ ਬਾਰੇ। ਠੀਕ ਆ ਜੀ, ਅਤੇ ਵਾਧੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਰਕੇ ਦੋ ਅਲੱਗ ਅਲੱਗ ਕਨਸੈਪਟ ਨੇ, ਵਾਧਾ ਅਲੱਗ ਆ ਵਿਕਾਸ ਅਲੱਗ ਆ, ਪਰ ਕਿਤੇ ਨਾ ਕਿਤੇ ਇਕੱਠੇ ਵੀ ਨੇ, ਉਹ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ। ਅਤੇ ਫਿਰ ਵਿਕਾਸ ਦੇ ਪੜਾਅ ਕਿਹੜੇ ਕਿਹੜੇ ਨੇ। ਠੀਕ ਆ ਜੀ, ਇਹ ਸਾਰੇ ਟੋਪਿਕ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਹਾਂਜੀ, ਚਲੋ ਸ਼ੁਰੂਆਤ ਕਰਦੇ ਹਾਂ ਅਸੀਂ ਡਿਵੈਲਪਮੈਂਟ। ਪਹਿਲਾਂ ਇਹ ਜਾਣਦੇ ਹਾਂ ਡਿਵੈਲਪਮੈਂਟ ਕੀ ਹੁੰਦੀ ਆ। ਡਿਵੈਲਪਮੈਂਟ ਹੁੰਦੀ ਆ ਨਿਰਭਰ ਤੋਂ ਸੁਤੰਤਰ ਵੱਲ ਜਾਣਾ। ਠੀਕ ਆ ਜੀ, ਇਹਨੂੰ ਅਸੀਂ ਵਿਕਾਸ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਡਿਵੈਲਪਮੈਂਟ ਨੂੰ। ਇਹ ਤੋਂ ਕੀ ਭਾਵ ਆ, ਡਿਵੈਲਪਮੈਂਟ ਹੈ ਕੀ ਆ? ਅਸੀਂ ਜੇ ਇਹਨੂੰ ਇੱਕ ਸ਼ਬਦ ਦੇ ਵਿੱਚ ਕਹਿਣਾ ਹੋਵੇ, ਸੋਰੀ ਇੱਕ ਵਾਕ ਦੇ ਵਿੱਚ ਕਹਿਣਾ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਨਿਰਭਰ ਤੋਂ ਸੁਤੰਤਰ ਵੱਲ ਜਾਣਾ, ਡਿਪੈਂਡੈਂਸੀ ਤੋਂ ਆਟੋਨੋਮੀ ਵੱਲ ਜਾਣਾ। ਉਹ ਤੋਂ ਬਾਅਦ ਅਸੀਂ ਹੁਣ ਵਾਧੇ ਅਤੇ ਵਿਕਾਸ ਨੂੰ ਅਲੱਗ ਅਲੱਗ ਕਰਕੇ ਪੜ੍ਹਦੇ ਹਾਂ, ਫਿਰ ਬਾਅਦ ਵੀ ਆਪਾਂ ਗੱਲ ਕਰਾਂਗੇ ਕਿ ਵਾਧਾ ਅਤੇ ਵਿਕਾਸ ਕਿਵੇਂ ਇਕੱਠੇ ਨੇ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਗਰੋਥ ਕੀ ਆ, ਹੈ ਨਾ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਾਧਾ ਕਹਿ ਦਿੰਦੇ ਹਾਂ ਨਾ। ਇਹ ਨੋਟ ਕਰ ਲਿਓ, ਕਈ ਵਾਰ ਨਾ ਗਰੋਥ ਅਤੇ ਡਿਵੈਲਪਮੈਂਟ ਦੇ ਤੁਹਾਨੂੰ ਪਤਾ ਨਹੀਂ ਲੱਗਦਾ। ਗਰੋਥ ਨੂੰ ਅਸੀਂ ਵਾਧਾ ਕਹਿ ਦਿੰਦੇ ਹਾਂ, ਡਿਵੈਲਪਮੈਂਟ ਨੂੰ ਅਸੀਂ ਵਿਕਾਸ ਕਹਿ ਦਿੰਦੇ ਹਾਂ। ਇਹ ਕਿਵੇਂ ਇੱਕੋ ਨੇ ਇਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਪਹਿਲਾਂ ਆਪਾਂ ਸਮਝਦੇ ਹਾਂ ਗਰੋਥ ਕੀ ਆ। ਵਾਧੇ ਦਾ ਜਿਹੜਾ ਅਰਥ ਆ ਉਹ ਹੁੰਦਾ ਆਕਾਰ, ਉਚਾਈ ਅਤੇ ਭਾਰ ਵਿੱਚ ਵਾਧਾ, ਜਿਸ ਨੂੰ ਅਸੀਂ ਸਰੀਰ ਦਾ ਸਧਾਰਨ ਵਾਧਾ ਕਹਿ ਸਕਦੇ ਹਾਂ। ਕੋਈ ਵੀ ਵਿਅਕਤੀ ਆ ਜਿਹਦਾ ਆਕਾਰ ਵਾਧਾ, ਉਚਾਈ, ਭਾਰ, ਠੀਕ ਆ ਜੀ, ਇਹ ਜਿਹਨੂੰ ਆਪਾਂ ਵੇਖ ਸਕਦੇ ਹਾਂ, ਹੈ ਨਾ, ਇਹਨੂੰ ਅਸੀਂ ਵਾਧੇ ਦੇ ਵਿੱਚ ਗਿਣਦੇ ਹਾਂ ਸਰੀਰਕ ਵਾਧਾ। ਕਿਸੇ ਵਿਅਕਤੀ ਦਾ ਸਰੀਰਕ ਵਾਧਾ ਹੁੰਦਾ ਜਿਹੜਾ, ਹਾਂ, ਉਹਨੂੰ ਅਸੀਂ ਵਾਧਾ ਕਹਿ ਦਿੰਦੇ ਹਾਂ, ਉਹਨੂੰ ਅਸੀਂ ਗਰੋਥ ਕਹਿ ਦਿੰਦੇ ਹਾਂ ਕਿ ਬੰਦਾ ਗਰੋਥ ਕਰਦਾ। ਅਸੀਂ ਅਕਸਰ ਹੀ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਹਾਂ ਇਹਦੀ ਗਰੋਥ ਰੁਕ ਗਈ, ਨਾ ਇਹ ਹੁਣ ਗਰੋਥ ਕਰ ਰਿਹਾ, ਹੈ ਨਾ, ਉਹ ਹਾਈਟ ਵੱਧਦੀ ਆ ਉਹਦੀ, ਉਚਾਈ ਵੱਧਦੀ ਆ, ਉਹਦੇ ਭਾਰ ਵਿੱਚ ਵਾਧਾ ਹੁੰਦਾ, ਉਹਦੇ ਆਕਾਰ ਦੇ ਵਿੱਚ ਵਾਧਾ ਹੁੰਦਾ, ਉਹ ਸਾਰਾ ਜਿਹੜੀ ਵਾਧੇ ਦੀ ਪ੍ਰਕਿਰਿਆ ਚੱਲਦੀ ਆ ਨਾ, ਆਕਾਰ ਵਧਣਾ, ਉਚਾਈ ਵਧਣਾ, ਹੈ ਨਾ, ਭਾਰ 'ਚ ਵਾਧਾ ਹੋਣਾ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ, ਜਿਹੜਾ ਸਰੀਰ ਦਾ ਸਧਾਰਨ ਵਾਧਾ, ਉਹਨੂੰ ਅਸੀਂ ਗਰੋਥ ਕਹਿ ਦਿੰਦੇ ਹਾਂ। ਠੀਕ ਆ ਜੀ, ਇਹ ਜਿਹੜਾ ਵਾਧਾ ਇਹ ਅੰਦਰੂਨੀ ਵੀ ਹੁੰਦਾ ਅਤੇ ਬਾਹਰੀ ਵੀ ਹੁੰਦਾ। ਅੰਦਰੂਨੀ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਗਰੋਥ ਕਰਦੀਆਂ ਨੇ, ਸਾਡੇ ਸਰੀਰ ਦੇ ਵਿੱਚ ਜਿਹੜੇ ਅੰਦਰੂਨੀ ਅੰਗ ਨੇ
ਉਹਨਾਂ ਦਾ ਵਾਧਾ ਹੁੰਦਾ ਨਾ, ਉਹ ਅੰਦਰੂਨੀ ਵਾਧਾ। ਇੱਕ ਜਿਹੜਾ ਬਾਹਰੀ ਵਾਧਾ ਜਿਹਦੇ ਵਿੱਚ ਪਰਿਵਰਤਨ ਆਉਂਦਾ, ਉਹ ਸਾਡੀ ਹਾਈਟ ਹੋ ਗਈ ਹੈ ਨਾ, ਸਾਡਾ ਭਾਰ ਹੋ ਗਿਆ, ਸਾਡਾ ਆਕਾਰ ਹੋ ਗਿਆ, ਸਾਡੇ ਸਰੀਰ ਦੇ ਜਿਹੜੇ ਅੰਗ ਨੇ ਉਹ ਵੱਧਦੇ ਨੇ, ਫੁੱਲਦੇ ਨੇ ਨਾ, ਉਹ ਵਿਕਾਸ ਕਰਦੇ ਨੇ। ਤੇ ਉਹ ਤੋਂ ਬਾਅਦ ਜਿਹੜਾ ਵਾਧਾ ਉਹ ਵਿਕਾਸ ਦਾ ਇੱਕ ਪਹਿਲੂ ਆ। ਆਪਾਂ ਹੁਣ ਵਾਧੇ ਬਾਰੇ ਤਾਂ ਗੱਲ ਕਰ ਲਈ ਕਿ ਸਰੀਰ ਦਾ ਵਾਧਾ ਜਿਹੜਾ ਜਿਹੜਾ ਅਸੀਂ ਵੇਖ ਸਕਦੇ ਹਾਂ ਨਾ, ਜਿਹਨੂੰ ਅਸੀਂ ਮਾਪ ਲੈਂਦੇ ਹਾਂ, ਵੇਖ ਲੈਂਦੇ ਹਾਂ ਕਿ ਹਾਂ ਇਹਦੀ ਹਾਈਟ ਇੰਨੀ ਵੱਧ ਗਈ, ਇਹਦਾ ਭਾਰ ਇੰਨਾ, ਇਹਦਾ ਆਕਾਰ ਇੱਦਾਂ ਦਾ ਨਾ, ਇਹਦੇ ਆਹ ਅੰਗ ਦਾ ਆਕਾਰ ਇੱਦਾਂ ਦਾ, ਔਰ ਅਸੀਂ ਵੇਖ ਸਕਦੇ ਹਾਂ ਹੈ ਨਾ। ਪਰ ਜਿਹੜਾ ਵਿਕਾਸ ਆ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਨਸੈਪਟ ਆ। ਇਹ ਹੋ ਗਿਆ ਵਿਕਾਸ, ਜਿਵੇਂ ਮੈਂ ਥੱਲੇ ਵੀ ਤੁਹਾਨੂੰ ਦੱਸਿਆ, ਆਹ ਦੇਖੋ ਥੱਲੇ ਵੀ ਤੁਸੀਂ ਡਾਇਗਰਾਮ ਵੇਖ ਸਕਦੇ ਹੋ ਕਿ ਜਿਹੜਾ ਆਹ ਚੱਕਰ ਆ ਨਾ, ਇਹ ਵਿਕਾਸ ਆ ਵੱਡਾ, ਤੇ ਉਹਦਾ ਇੱਕ ਪਾਰਟ ਆ ਵਾਧਾ ਗਰੋਥ, ਕਿ ਆਪਣੇ ਆਪ ਦੇ ਵਿੱਚ ਵਿਕਾਸ ਵੱਡੀ ਆ, ਵੱਡਾ ਕਨਸੈਪਟ ਆ, ਤੇ ਵਾਧਾ ਉਹਦਾ ਇੱਕ ਪਾਰਟ ਆ। ਠੀਕ ਹੈ, ਜਿਵੇਂ ਹੁਣ ਆਪਾਂ ਇੱਥੇ ਪੜ੍ਹਿਆ ਕਿ ਵਾਧਾ ਵਿਕਾਸ ਦਾ ਇੱਕ ਪਹਿਲੂ ਆ, ਐਸਪੈਕਟ ਆਫ ਡਿਵੈਲਪਮੈਂਟ ਆ। ਵਿਕਾਸ ਵੱਡੀ ਚੀਜ਼ ਆ, ਗਰੋਥ ਉਹਦਾ ਇੱਕ ਪਾਰਟ ਆ। ਜੇ ਸਾਡੇ ਸਰੀਰ ਦੇ ਵਿੱਚ ਗਰੋਥ ਹੋ ਰਹੀ ਆ ਨਾ, ਤਾਂ ਉਹ ਨਾਲ ਦੀ ਨਾਲ ਵਿਕਾਸ ਵੀ ਹੋ ਰਿਹਾ, ਉਹਨੂੰ ਅਸੀਂ ਵਿਕਾਸ ਦੇ ਵਿੱਚ ਵੀ ਗਿਣ ਲਵਾਂਗੇ, ਕਿਉਂਕਿ ਵਿਕਾਸ ਆਪਣੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਨੇ, ਉਹ 'ਚ ਵਾਧਾ ਵੀ ਸ਼ਾਮਿਲ ਹੋ ਗਿਆ। ਠੀਕ ਹੈ ਜੀ, ਪਰ ਇਕੱਲਾ ਵਾਧਾ ਕੀ ਆ, ਉਹ ਅਸੀਂ ਕਹਿਣਾ ਸਾਡੇ ਸਰੀਰ ਦੇ ਵਿੱਚ ਉਚਾਈ, ਆਕਾਰ, ਭਾਰ ਦਾ ਵਧਣਾ, ਸਾਡੇ ਸਰੀਰ ਦੀ ਅੰਦਰੂਨੀ ਤੇ ਬਾਹਰੀ ਜਿਹੜੀਆਂ ਚੇਂਜਸ ਆਉਂਦੀਆਂ ਨੇ ਜਾਂ ਪਰਿਵਰਤਨ ਵਾਪਰਦੇ ਨੇ, ਉਹ ਸਾਰੇ ਅਸੀਂ ਵਾਧੇ ਦੇ ਵਿੱਚ ਗਿਣਦੇ ਹਾਂ। ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਵਾਧਾ, ਉਹ ਵਿਕਾਸ ਦਾ ਹੀ ਇੱਕ ਅਸਪੈਕਟ ਆ। ਅਸੀਂ ਉਹਨੂੰ ਜੇ ਵਿਕਾਸ ਵੀ ਕਹਿ ਦਈਏ, ਕਿਉਂਕਿ ਵਾਧਾ ਵਿਕਾਸ ਦੇ ਅੰਦਰ ਹੀ ਆਉਂਦਾ ਹੈ ਨਾ। ਚਲੋ, ਵਾਧਾ ਜਿਹੜਾ ਮਾਪਿਆ ਜਾ ਸਕਦਾ, ਦੇਖਿਆ ਜਾ ਸਕਦਾ, ਪਰ ਵਾਧਾ ਨਾ ਨਿਰੰਤਰ ਜਾਰੀ ਰਹਿਣ ਵਾਲਾ ਨਹੀਂ ਹੈ। ਠੀਕ ਹੈ, ਵਾਧਾ ਕਿਸੇ ਸਟੇਜ 'ਤੇ ਆ ਕੇ, ਕਿਸੇ ਪੜਾਅ 'ਤੇ ਆ ਕੇ ਰੁਕ ਜੂਗਾ। ਠੀਕ ਹੈ, ਹੁਣ ਤੁਹਾਡੀ ਜਿਹੜੀ ਹਾਈਟ ਆ ਨਾ, ਉਹ ਕਦੋਂ ਤੱਕ ਵਧੂਗੀ? 20-21 ਸਾਲ ਤੱਕ ਵੱਧਦੀ ਆ, ਉਹ ਤੋਂ ਬਾਅਦ ਤਾਂ ਨਹੀਂ ਵੱਧਦੀ, ਰੁਕੇਗੀ ਨਾ। ਵਾਧਾ ਹਮੇਸ਼ਾ ਰੁਕਦਾ, ਉਹਦਾ ਕੋਈ ਪੜਾਅ ਹੁੰਦਾ, ਉੱਥੇ ਆ ਕੇ ਉਹਨੇ ਰੁਕ ਜਾਣਾ, ਕੋਈ ਸਮਾਂ ਇੱਦਾਂ ਦਾ ਆ ਜਾਣਾ ਕਿ ਉਹ ਤੋਂ ਬਾਅਦ ਉਹਨੇ ਨਹੀਂ ਵਧਣਾ। ਹਾਈਟ ਨਹੀਂ ਵੱਧਦੀ, ਉਹ ਵੀ 20-18-17 ਸਾਲ ਤੱਕ ਵੱਧਦੀ ਆ। ਅਤੇ ਤੁਹਾਡੀਆਂ ਮਾਸਪੇਸ਼ੀਆਂ ਨੇ ਜਿਹੜੀ ਗਰੋਥ ਕਰਨੀਆਂ, ਉਹ ਵੀ ਕੁਝ ਸਮੇਂ ਤੱਕ ਹੋਣੀਆਂ, ਉਹ ਤੋਂ ਬਾਅਦ ਨਹੀਂ ਹੋਣੀ। ਠੀਕ ਹੈ, ਕਈਆਂ ਨੂੰ ਸੋਕਾ ਪੈ ਜਾਂਦਾ, ਕਿਉਂਕਿ ਉਹਨਾਂ ਦੇ ਜਿਹੜੇ ਬੋਡੀ ਪਾਰਟ ਨੇ ਉਹ ਉਹਨਾਂ ਦੇ 'ਚ ਵਾਧਾ ਨਹੀਂ ਹੁੰਦਾ, ਉਹ ਰੁਕ ਜਾਂਦੇ ਨੇ, ਜਾਂ ਬਹੁਤ ਛੋਟੀ ਉਮਰ ਦੇ ਵਿੱਚ ਆ ਕੇ ਰੁਕ ਜਾਂਦੇ ਨੇ ਨਾ, ਜਾਂ ਉਹ 8-9 ਸਾਲ ਦੇ ਡਿਵੈਲਪ ਹੀ ਨਹੀਂ ਹੁੰਦੇ, ਵਿਕਾਸ ਹੀ ਨਹੀਂ ਕਰਦੇ, ਉੱਥੇ ਹੀ ਖੜੇ ਰਹਿੰਦੇ ਨੇ, ਅਤੇ ਉਹਨਾਂ ਦਾ ਜਿਹੜਾ ਵਾਧਾ ਉਹ ਰੁਕ ਜਾਂਦਾ। ਇਸ ਕਰਕੇ ਜਿਹੜਾ ਵਾਧਾ ਉਹ ਨਿਰੰਤਰ ਜਾਰੀ ਰਹਿਣ ਵਾਲਾ ਨਹੀਂ, ਪਰ ਵਿਕਾਸ ਆ ਜਿਹੜਾ ਉਹ ਨਿਰੰਤਰ ਜਾਰੀ ਰਹਿੰਦਾ ਹੈ ਨਾ। ਆਪਾਂ ਅੱਗੇ ਵੀ ਇਹਦੇ ਬਾਰੇ ਡਿਸਕਸ ਕਰਾਂਗੇ। ਹਾਂ, ਤੁਹਾਨੂੰ ਹੁਣ ਵਾਧੇ ਬਾਰੇ ਤਾਂ ਪਤਾ ਲੱਗ ਗਿਆ ਕਿ ਵਾਧਾ ਕੀ ਹੁੰਦਾ। ਉਹ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਗਈ, ਉਹ ਹੈ ਕਨਸੈਪਟ ਆਫ ਡਿਵੈਲਪਮੈਂਟ। ਵਿਕਾਸ ਕੀ ਆ? ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਸੰਕਲਪ ਆ। ਜਿਵੇਂ ਤੁਹਾਨੂੰ ਉੱਪਰ ਮੈਂ ਦੱਸਿਆ ਕਿ ਵਿਕਾਸ ਵੱਡੀ ਚੀਜ਼ ਆ, ਅਤੇ ਵਾਧਾ ਉਹਦਾ ਇੱਕ ਪਾਰਟ ਆ। ਇੱਥੋਂ ਤੁਸੀਂ ਪੜ੍ਹ ਸਕਦੇ ਹੋ ਕਿ ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਸੰਕਲਪ ਹੈ। ਵਿਕਾਸ ਵਿੱਚ ਹਰ ਇੱਕ ਪਹਿਲੂ ਸ਼ਾਮਿਲ ਹੁੰਦਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਚੱਲਦਾ ਰਹਿੰਦਾ ਹੈ। ਸਾਡੇ ਜਿਹੜਾ ਵਾਧਾ ਉਹ ਕਿਸੇ ਸਮੇਂ ਆ ਕੇ ਰੁਕ ਜਾਣਾ, ਪਰ ਵਿਕਾਸ ਆ ਉਹ ਹਰ ਸਮੇਂ ਚੱਲਦਾ ਰਹਿਣਾ, ਉਹ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਚੱਲਦਾ ਰਹਿੰਦਾ। ਅਸੀਂ ਵਿਕਾਸ ਨੂੰ ਇੱਦਾਂ ਨਹੀਂ ਕਹਿ ਸਕਦੇ ਕਿ ਰੁਕ ਗਿਆ ਵਿਕਾਸ। ਵਿਕਾਸ ਤਾਂ ਬੰਦੇ ਦੀ ਜਦੋਂ ਮੌਤ ਹੁੰਦੀ ਆ ਉਦੋਂ ਆ ਕੇ ਉਹਦਾ ਵਿਕਾਸ ਰੁਕਦਾ, ਪਰ ਵਾਧਾ ਕਿਸੇ ਸਟੇਜ 'ਤੇ ਆ ਕੇ ਰੁਕ ਜਾਂਦਾ, ਪਰ ਵਿਕਾਸ ਨਹੀਂ ਰੁਕਦਾ। ਵਿਕਾਸ ਹਮੇਸ਼ਾ ਬੰਦੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਚੱਲਦਾ ਰਹਿੰਦਾ, ਅਤੇ ਵਿਕਾਸ ਦੇ ਵਿੱਚ ਹਰ ਇੱਕ ਪਹਿਲੂ ਉਹ ਸ਼ਾਮਿਲ ਹੋ ਜਾਂਦਾ ਜਿਹੜਾ ਉਹਦੇ ਜਨਮ ਤੋਂ ਲੈ ਕੇ ਬੰਦੇ ਦੇ ਮਰਨ ਤੱਕ ਚੱਲਦਾ। ਉਹਦੇ ਸਾਰੀ ਚੀਜ਼ਾਂ, ਉਹਦੇ 'ਚ ਵਾਧਾ ਵੀ ਆ ਗਿਆ ਨਾ, ਜੋ ਵੀ ਉਹਦੇ ਸਰੀਰ ਦੇ ਵਿੱਚ ਪਰਿਵਰਤਨ ਵਾਪਰਦੇ ਨੇ ਨਾ, ਜੋ ਵੀ ਚੇਂਜਸ ਹੁੰਦੀਆਂ ਨੇ ਇੱਕ ਵਿਅਕਤੀ ਦੇ ਅੰਦਰ, ਉਹ ਸਾਰੀਆਂ ਹੀ ਅਸੀਂ ਵਿਕਾਸ ਦੇ ਵਿੱਚ ਗਿਣਦੇ ਹਾਂ। ਹੁਣ ਵਿਕਾਸ ਨੂੰ ਕੇਵਲ ਮਨ ਦੇ ਅਰਥ ਵਿੱਚ ਨਹੀਂ, ਕਈ ਵਾਰ ਨਾ ਅਸੀਂ ਹੁਣ ਲਾ ਲਓ ਵਾਧੇ ਨੂੰ ਤਾਂ ਅਸੀਂ ਸਰੀਰਕ ਤੌਰ 'ਤੇ ਵੇਖ ਲਿਆ ਕਿ ਵਾਧਾ ਸਾਡੇ ਸਰੀਰ ਦੇ ਵਿੱਚ ਪਰਿਵਰਤਨ ਆ ਗਿਆ, ਉਹ ਵਾਧਾ, ਅਤੇ ਵਿਕਾਸ ਨੂੰ ਅਸੀਂ ਮਨ ਨਾਲ ਜੋੜ ਲੈਂਦੇ ਹਾਂ, ਆਪਣੀ ਬੁੱਧੀ ਦੇ ਨਾਲ ਜੋੜ ਲੈਂਦੇ ਹਾਂ, ਦਿਮਾਗ ਦੇ ਨਾਲ ਜੋੜ ਲੈਂਦੇ ਹਾਂ ਕਿ ਹਾਂ ਉਹਦਾ ਤਾਂ ਯਾਰ ਵਿਕਾਸ ਹੀ ਨਹੀਂ ਹੋਇਆ ਨਾ, ਉਹਦਾ ਦਿਮਾਗ ਬੜਾ ਘੱਟ ਆ ਹੈ ਨਾ, ਉਹਨੂੰ ਅਸੀਂ ਮਨ ਦੇ ਨਾਲ, ਵਿਕਾਸ ਨੂੰ ਅਸੀਂ ਮਨ ਦੇ ਨਾਲ ਜੋੜ ਲੈਂਦੇ ਹਾਂ। ਨਹੀਂ, ਇੱਦਾਂ ਨਹੀਂ ਹੈਗਾ ਕਿ ਸਗੋਂ ਇਹ ਅਸੀਂ ਵਿਅਕਤੀ ਦੇ ਦੂਜਿਆਂ ਨਾਲ ਜਿਹੜੇ ਅਨੁਭਵ ਨੇ
ना ਉਹਦੇ ਸਬੰਧਾਂ ਦੇ ਵਿੱਚ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਜਿਹੜਾ ਵਿਕਾਸ ਆ ਨਾ ਉਹ ਜਦੋਂ ਅਸੀਂ ਦੂਜੇ ਵਿਅਕਤੀ ਨੂੰ ਮਿਲਾਂਗੇ ਉਹਦੇ ਨਾਲ ਅਨੁਭਵ ਕਰਾਂਗੇ ਤੇ ਉਹਦੇ ਅਨੁਭਵ ਦੇ ਵਿੱਚੋਂ ਵੀ ਅਸੀਂ ਕੁਛ ਨਾ ਕੁਛ ਗ੍ਰਹਿਣ ਕਰਾਂਗੇ ਜੋ ਸਾਡੇ ਵਿਕਾਸ ਦੇ ਵਿੱਚ ਮਦਦ ਕਰਦਾ। ਉਹ ਤੋਂ ਬਾਅਦ ਵਿਕਾਸ ਅਨੇਕ ਸੰਰਚਨਾਵਾਂ ਅਤੇ ਕਾਰਜ ਪ੍ਰਣਾਲੀਆਂ ਦਾ ਏਕੀਕਰਨ ਕਰਨ ਦੀ ਜਟਲ ਪ੍ਰਕਿਰਿਆ ਹੈ। ਇਹਦੇ ਵਿੱਚ ਵਿਕਾਸ ਦੇ ਵਿੱਚ ਬਹੁਤ ਸਾਰੀਆਂ ਪਹਿਲੂ ਸ਼ਾਮਿਲ ਹੋ ਜਾਂਦੇ ਨੇ। ਠੀਕ ਹੈ, ਵਾਧਾ ਤਾਂ ਉਹਦੇ ਤਾਂ ਪਾਰਟ ਹੈ ਹੀ ਹੈ ਆ, ਇਹ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਵਿਅਕਤੀ ਸਮਾਜ ਦੇ ਵਿੱਚ ਗ੍ਰਹਿਣ ਕਰਦਾ ਉਹ ਉਹਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਨੇ। ਠੀਕ ਹੈ ਜੀ, ਇੱਕ ਏਕੀਕਰਤ ਜਿਹਨੂੰ ਆਪਾਂ ਇੰਟਰਗ੍ਰੇਟਡ ਕਹਿ ਦਿੰਦੇ ਹਾਂ ਨਾ, ਉਦਾਂ ਦਾ ਕਨਸੈਪਟ ਵਿਕਾਸ। ਵਿਕਾਸ ਦਾ ਅਰਥ ਹੈ ਪਰਿਵਰਤਨਾਂ ਦੀ ਪ੍ਰਗਤੀਸ਼ੀਲ ਲੜੀ। ਠੀਕ ਹੈ ਜੀ, ਇਹ ਪਰਿਵਰਤਨਾਂ ਦੀ ਇੱਕ ਪ੍ਰਗਤੀਸ਼ੀਲ ਲੜੀ ਆ, ਅੱਗੇ ਵੱਲ ਵਿਕਾਸ ਕਰਦੀ ਆ, ਜੋ ਪਰਿਪੱਕਤਾ ਅਤੇ ਅਨੁਭਵ ਦੇ ਫਲਸਰੂਪ ਸੁਵਿਵਸਥਿਤ ਅਤੇ ਸੁਸੰਗਤ ਢੰਗ ਨਾਲ ਵਾਪਰਦਾ ਹੈ। ਠੀਕ ਹੈ ਜੀ, ਹੁਣ ਆਪਾਂ ਇੱਥੋਂ ਸਮਝਦੇ ਹਾਂ ਕਿ ਜਿਹੜਾ ਵਿਕਾਸ ਦਾ ਅਰਥ ਆ ਉਹ ਪਰਿਵਰਤਨਾਂ ਦੀ ਇੱਕ ਪ੍ਰਗਤੀਸ਼ੀਲ ਲੜੀ ਆ। ਪ੍ਰਗਤੀਸ਼ੀਲ ਹੁੰਦਾ ਵਿਕਾਸ ਨਾ, ਅੱਗੇ ਵੱਲ ਵਧਣਾ, ਕਿ ਇਹ ਜਿਹੜੇ ਸਾਡੇ ਅੰਦਰ ਪਰਿਵਰਤਨ ਵਾਪਰਦੇ ਨੇ ਉਹ ਇੱਕ ਸਾਨੂੰ ਵਿਕਾਸ ਵੱਲ ਲੈ ਕੇ ਜਾਂਦੇ ਨੇ। ਠੀਕ ਹੈ, ਪਰਿਪੱਕਤਾ ਮੈਚੂਰੇਸ਼ਨ ਕਹਿ ਦਿੰਦੇ ਜਿਹਨੂੰ ਆਪਾਂ, ਇਹ ਵੀ ਬਹੁਤ ਵੱਡਾ ਕਨਸੈਪਟ ਆ। ਇਹ ਕਨਸੈਪਟ ਅਰਨਾਲਡੋ ਹੈਂਗਲ ਨੇ ਦਿੱਤਾ ਸੀ, ਇਹ ਨੋਟ ਕਰ ਲਿਓ, ਇੱਕ ਵਾਰ ਸਵਾਲ ਵੀ ਆਇਆ ਸੀ ਪਰਿਪੱਕਤਾ ਦਾ ਕਨਸੈਪਟ ਕਿਹਨੇ ਦਿੱਤਾ, ਇਹ ਅਰਨਾਲਡੋ ਹੈਂਗਲ ਨੇ ਦਿੱਤਾ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ, ਹਾਂਜੀ, ਅਨੁਭਵ ਦੇ ਫਲਸਰੂਪ ਸੁਵਿਸਤ ਆਰਡਰਲੀ। ਠੀਕ ਹੈ ਜੀ, ਇੱਕ ਸਟਰਕਚਰ ਦੇ ਵਿੱਚ ਨਾ, ਇੱਕ ਆਰਡਰ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ, ਅਤੇ ਉਹਦੇ ਵਿੱਚ ਸਾਡਾ ਜਿਹੜਾ ਵਿਕਾਸ ਆ ਨਾ ਉਹ ਪਰਿਵਰਤਨਾਂ ਦੀ ਇੱਕ ਪ੍ਰਗਤੀਸ਼ੀਲ ਲੜੀ ਆ, ਵਾਧੇ ਦੀ, ਵਿਕਾਸ ਦੀ, ਅੱਗੇ ਵਧਣ ਦੀ, ਜੋ ਪਰਿਪੱਕਤਾ ਦੇ ਅਨੁਭਵ ਦੇ ਫਲਸਰੂਪ ਇੱਕ ਆਰਡਰਲੀ ਸਾਡੇ ਦੇ ਅੰਦਰ ਚੇਂਜ ਆਉਂਦਾ। ਠੀਕ ਹੈ ਜੀ, ਇੱਕ ਆਰਡਰ ਦੇ ਵਿੱਚ ਚੱਲਦਾ ਸਾਡੇ ਚੇਂਜ, ਪਰਿਪੱਕਤਾ ਅਤੇ ਅਨੁਭਵ, ਅਸੀਂ ਸਾਡੇ 'ਚ ਮੈਚੂਰੇਸ਼ਨ ਆਉਂਦੀ, ਸਾਡੀ ਪਰਿਪੱਕਤਾ ਆਉਂਦੀ ਆ, ਇਹ ਹੌਲੀ ਹੌਲੀ ਆਉਂਦੀ ਆ ਪਰਿਪੱਕਤਾ। ਠੀਕ ਹੈ ਜੀ, ਇਹ ਬੰਦਾ ਜਿਹੜੀ ਪਰਿਪੱਕਤਾ ਇਹ ਆਪਣੇ ਖਾਨਦਾਨ ਦੇ ਵਿੱਚੋਂ, ਹੈਰੀਡਿਟੀ ਦੇ ਵਿੱਚੋਂ ਗ੍ਰਹਿਣ ਕਰਦਾ। ਠੀਕ ਆ, ਅਤੇ ਪਰਿਪੱਕਤਾ ਅਤੇ ਅਨੁਭਵ ਦੇ ਫਲਸਰੂਪ ਸੁਵਿਵਸਥਿਤ, ਇਹਨੂੰ ਆਰਡਰਲੀ ਅੰਗਰੇਜ਼ੀ 'ਚ ਆਰਡਰਲੀ ਕਹਿ ਦਿੰਦੇ ਨੇ, ਠੀਕ ਆ, ਅੰਗਰੇਜ਼ੀ 'ਚ ਪੰਜਾਬੀ 'ਚ ਸੁਵਿਵਸਥਿਤ ਕਹਿ ਦਿੰਦੇ ਆ। ਕਈ ਵਾਰ ਇੱਦਾਂ ਦੇ ਆ ਜਾਂਦੇ ਹੁੰਦੇ ਨੇ ਕਿ ਆਰਡਰਲੀ ਜਿਹੜਾ ਇੱਕ ਆਰਡਰ ਦੇ ਵਿੱਚ ਹੀ ਚੱਲਦੀ ਆ। ਵਿਕਾਸ ਦਾ ਘੇਰਾ ਬਹੁਤ ਵਿਸ਼ਾਲ ਹੈ, ਇਹ ਸਿਧਾਂਤ ਵਾਧਾ, ਸਮਰੱਥਾ, ਪਰਿਪੱਕਤਾ, ਵਾਤਾਵਰਨ ਨਾਲ ਅੰਤਰ ਕਿਰਿਆ ਕਰਦਾ ਹੈ। ਜਿਹੜਾ ਵਿਕਾਸ ਆ ਨਾ, ਵਿਕਾਸ ਦਾ ਜਿਹੜਾ ਸਿਧਾਂਤ ਆ ਉਹ ਵਾਧੇ ਨਾਲ, ਸਮਰੱਥਾ ਨਾਲ, ਕੈਪੇਬਿਲਿਟੀ ਨਾਲ, ਸਾਡੀ ਪਰਿਪੱਕਤਾ ਨਾਲ, ਮੈਚੂਰੇਸ਼ਨ ਨਾਲ ਅਤੇ ਵਾਤਾਵਰਨ ਨਾਲ ਅੰਤਰ ਕਿਰਿਆ ਕਰਦਾ। ਜਦੋਂ ਜੇ ਅਸੀਂ ਸੰਖੇਪ ਵਿੱਚ ਕਹਿਣਾ ਹੋਈਏ ਤਾਂ ਵਿਕਾਸ ਪਰਿਪੱਕਤਾ ਵੱਲ ਹੋਣ ਵਾਲੇ ਪਰਿਵਰਤਨਾਂ ਦੀ ਸੁਵਿਵਸਥਿਤ ਪ੍ਰਗਤੀ ਦੀ ਲੜੀ ਹੈ ਨਾ, ਆਰਡਰਲੀ। ਹਾਂ, ਜੇ ਹੁਣ ਆਪਾਂ ਇਹਨੂੰ ਗੱਲ ਖਤਮ ਕਰਨੀ ਹੋਵੇ, ਵਿਕਾਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਿਪੱਕਤਾ ਵੱਲ, ਪਰਿਪੱਕਤਾ ਮੈਚੂਰੇਸ਼ਨ, ਸਾਡੇ 'ਚ ਪਰਿਪੱਕਤਾ ਹੁੰਦੀ ਹੈ ਨਾ, ਅਸੀਂ ਕਹਿ ਦਿੰਦੇ ਹਾਂ ਬੰਦਾ ਉਹ ਮਚਿਓਰ ਹੋ ਗਿਆ, ਜਿਹੜਾ ਵਿਕਾਸ ਆ ਨਾ ਉਹ ਪਰਿਪੱਕਤਾ ਵੱਲ ਜਾਂਦਾ। ਜਿੰਨੇ ਵੀ ਪਰਿਪੱਕਤਾ ਵੱਲ ਸਾਡੇ ਵਿੱਚ ਪਰਿਵਰਤਨ ਹੁੰਦੇ ਨੇ ਉਹ ਇੱਕ ਆਰਡਰਲੀ ਹੁੰਦੇ ਨੇ ਨਾ, ਸੁਵਿਵਸਥਿਤ ਹੁੰਦੇ ਨੇ, ਉਹਦੀ ਇੱਕ ਪ੍ਰਗਤੀ ਦੀ ਲੜੀ ਆ। ਜੇ ਸ਼ਬਦ ਆ ਜਿਹੜਾ, ਸੋਰੀ, ਇਹ ਜਿਹੜਾ ਵਾਕ ਆ ਇਹ ਵਿਕਾਸ ਨੂੰ ਬਹੁਤ ਹੱਦ ਤੱਕ ਸਾਨੂੰ ਸਮਝਾ ਦਿੰਦਾ ਕਿ ਜੇ ਆਪਾਂ ਸੰਖੇਪ ਦੇ ਵਿੱਚ ਕਹੀਏ ਕਿ ਵਿਕਾਸ ਕੀ ਆ, ਵਿਕਾਸ ਪਰਿਪੱਕਤਾ ਵੱਲ ਹੋਣ ਵਾਲੇ, ਜੇ ਅਸੀਂ ਮੈਚੂਰੇਸ਼ਨ ਵੱਲ ਜਾਣਾ, ਪਰਿਪੱਕਤਾ ਵੱਲ ਜਾਣਾ, ਅਤੇ ਉਹਦੇ ਵਿੱਚ ਜਿਹੜੇ ਵੀ ਪਰਿਵਰਤਨ ਹੁੰਦੇ ਨੇ ਉਹ ਜਿਹੜੇ ਸੁਵਿਵਸਥਿਤ, ਜਿਹੜੇ ਆਰਡਰਲੀ ਹੁੰਦੇ ਨੇ ਨਾ, ਉਹ ਪ੍ਰਗਤੀ ਦੀ ਲੜੀ ਆ ਵਿਕਾਸ। ਠੀਕ ਹੈ ਜੀ, ਇਹ ਲਾਈਨ ਤੁਹਾਨੂੰ ਸਮਝ ਲੱਗ ਗਈ ਹੋਊਗੀ, ਇਹ ਬਹੁਤ ਵਿਕਾਸ ਬਾਰੇ ਕਲੀਅਰ ਕਰ ਦਿੰਦੀ ਆ। ਉਸ ਤੋਂ ਬਾਅਦ ਵਿਕਾਸ ਦੇ ਤੱਤ ਕੀ ਨੇ। ਠੀਕ ਹੈ ਜੀ, ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੈ, ਇਹ ਆਪਾਂ ਗੱਲ ਕਰ ਚੁੱਕੇ ਨਾ ਕਿ ਜਿਹੜਾ ਵਿਕਾਸ ਆ ਇਹ ਵਿਸਤ੍ਰਿਤ ਅਤੇ ਵਿਆਪਕ ਆ। ਸਰੀਰ ਅਤੇ ਵਿਵਹਾਰ ਵਿੱਚ ਪਰਿਵਰਤਨ। ਠੀਕ ਹੈ ਜੀ, ਵਿਕਾਸ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਵੀ ਆਉਂਦੇ ਨੇ ਅਤੇ ਸਾਡੇ ਬਿਹੇਵੀਅਰ ਦੇ ਵਿੱਚ ਵੀ ਆਉਂਦੇ ਨੇ, ਸਾਡੀ ਬਾਡੀ ਦੇ ਵਿੱਚ ਵੀ ਚੇਂਜ ਹੁੰਦਾ, ਉਹਨੂੰ ਅਸੀਂ ਵਾਧੇ 'ਚ ਗਿਣ ਲੈਂਦੇ ਹਾਂ। ਹੁਣ ਵਿਕਾਸ ਜਦੋਂ ਅਸੀਂ ਕਹਿਣ ਲੱਗ ਗਏ ਨਾ ਤਾਂ ਵਿਕਾਸ ਦੇ ਵਿੱਚ ਵਾਧਾ ਆਪਣੇ ਆਪ ਹੀ ਆ ਜਾਂਦਾ। ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੈ, ਇਹਦੇ ਬਾਰੇ ਆਪਾਂ ਗੱਲ ਕਰ ਲਈ। ਸਰੀਰ ਅਤੇ ਵਿਵਹਾਰ ਵਿੱਚ ਪਰਿਵਰਤਨ।